ਅਮੇਸ਼ਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰਸਮਨ ਲੰਕਾਰ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਮੇਰੇ ਸਾਥੀ ਨਾਨਪ੍ਰੀਤ ਸਿੰਘ ਨਾਨਪ੍ਰੀਤ ਸਵਾਗਤ ਹੈ ਜੀ ਸਸਕਾਲ ਜੀ ਨਨਪ੍ਰੇਤ ਪੰਜਾਬ ਦਾ ਬਹੁਤ ਸੈਂਸਿਟਿਵ ਮਸਲਾ ਬੇਅਦਬੀ ਜਿਹੜੀ 2015 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਬੇਬਲ ਕਲਾ ਗੋਲੀकांड ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਸਰਕਾਰਾਂ ਭਾਵੇਂ ਵਕਫਾਕ ਸਮੇਂ ਤੇ ਬਦਲਦੀਆਂ ਰਹਿੰਦੀਆਂ ਨੇ ਪਰ ਫੇਰ ਵੀ ਹਜੇ ਇਹ ਜਿਹੜਾ ਮੁੱਦਾ ਉਹ ਜਿਉਂਦਾ ਤੇ ਉਹ ਖੜਾ ਹੁਣ ਇਸ ਮੁੱਦੇ ਦੇ ਵਿੱਚ ਨਵੀਂ ਅਪਡੇਟ ਆਈ ਹੈ ਇਸ ਮੁੱਦੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜਾ ਮਲਜ਼ਮ ਸੀ ਪ੍ਰਦੀਪ ਗਲੇਰ ਜਿਸ ਨੂੰ ਬਾਅਦ ਦੇ ਵਿੱਚ ਵਾਦਾ ਮੁਆਫ ਗਵਾ ਵੀ ਬਣਾਇਆ ਗਿਆ ਉਸਨੇ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਲੈ ਕੇ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨਾਲ ਜੋੜ ਕੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਬਿਲਕੁਲ ਹਰਸਿਮਰ ਜੀ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਖਿੱਦੋ ਫਰੋਲਿਆ ਲੀਰਾ ਹੀ ਨਿਕਲਦੀਆਂ ਨੇ ਤੇ ਉਹੀ ਇਸ ਮਾਮਲੇ ਦੇ ਵਿੱਚ ਹੋ ਰਿਹਾ 2015 ਦੇ ਵਿੱਚ ਬੇਅਦਬੀ ਜਿਹੜੀ ਜਦੋਂ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਂ ਉਸ ਤੋਂ ਬਾਅਦ ਹੁਣ ਤੱਕ ਬਹੁਤ ਗੱਲਾਂ ਜਿਹੜੀਆਂ ਨੇ ਉਹ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੀਆਂ ਨੇ ਵੱਖ-ਵੱਖ ਲੀਡਰਾਂ ਨੇ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਨੇ ਵੱਖ-ਵੱਖ ਡੇਰਾ ਸਮਰਥਕਾਂ ਨੇ ਮੁੱਖ ਵੱਖਰੀਆਂ ਗੱਲਾਂ ਜਿਹੜੀਆਂ ਉਹ ਕਹੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਕਈ ਐਸਆਈਟੀਆਂ ਬਣ ਗਈਆਂ ਕਈ ਹੋਰ ਜਾਂਚਾਂ ਜਿਹੜੀਆਂ ਉਹ ਬਣੀਆਂ ਨੇ ਕਮੇਟੀਆਂ ਬਣੀਆਂ ਨੇ ਹਾਈ ਕੋਰਟ ਤੇ ਰਿਟਾਇਰ ਜੱਜਾਂ ਦੀ ਅਗਵਾਈ ਦੇ ਵਿੱਚ ਜਿਹੜੀ ਕਮਿਸ਼ਨ ਵੀ ਜਿਹੜੇ ਉੱਥੇ ਬਣੇ ਨੇ ਪਰ ਅਜੇ ਤੱਕ ਇਹ ਜਾਂਚ ਕਿਸੇ ਸਿਰੇ ਨਹੀਂ ਲੱਗ ਸਕੇ ਤੁਸੀਂ ਦੇਖੋ ਕਿ 2015 ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਜਦੋਂ ਵੀ ਕੋਈ ਨਵੇਂ ਤੱਥ ਆਂਦੇ ਨੇ ਤੇ ਉਹਦੇ ਤੇ ਚਰਚਾ ਹੁੰਦੀ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਇਸ ਮੁੱਦੇ ਨਾਲ ਜੁੜੀਆਂ ਹੋਈਆਂ ਨੇ ਉਸ ਵੇਲੇ ਦੀਆਂ ਸਰਕਾਰ ਦੇ ਨਾਲ ਉਸ ਵੇਲੇ ਦੀ ਸਰਕਾਰ ਦੀਆਂ ਗਤੀਵਿਧੀਆਂ ਦੇ ਨਾਲ ਸਰਕਾਰ ਨੂੰ ਚਲਾ ਰਹੇ ਲੋਕਾਂ ਦੇ ਨਾਲ ਜਦੋਂ ਵੀ ਕੋਈ ਗੱਲ ਜੁੜਦੀ ਆ ਕੇ ਤਾਂ ਕੁਦਰਤੀ ਹੈ ਕਿ ਉਹਨਾਂ ਦੇ ਖਿਲਾਫ ਲੋਕਾਂ ਦੇ ਵਿੱਚ ਇੱਕ ਗੁੱਸਾ ਜ਼ਰੂਰ ਪੜਦਾ ਹੈ ਹੁਣ ਤੁਸੀਂ ਗੱਲ ਜਿਹੜੀ ਉਹ ਨਵੀਂ ਕਰ ਰਹੇ ਆ ਉਹਦੇ ਵਿੱਚ ਗੱਲ ਇਹ ਹੈ ਕਿ ਭਾਵੇਂ ਬਾਗੀ ਤੜਾ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਉਹ ਇਸ ਪੂਰੇ ਮਾਮਲੇ ਦੇ ਵਿੱਚ ਕਹਿ ਰਿਹਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ ਉਹ ਮੰਨ ਰਹੇ ਨੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਉਹਨਾਂ ਦੀ ਟੀਮ ਉਹ ਵੀ ਗੱਲ ਕਹਿ ਰਹੀ ਹੈ ਕਿ ਗਲਤੀਆਂ ਤਾਂ ਚਲੋ ਹੋਈਆਂ ਨੇ ਸਾਡੇ ਰਾਜ ਭਾਗ ਦੌਰਾਨ ਉਹ ਵੀ ਆਪਣਾ ਸਪਸ਼ਟਕਰਨ ਉੱਥੇ ਦੇ ਆਏ ਪਰ ਹੁਣ ਜਦੋਂ ਪ੍ਰਦੀਪ ਕਲੇਰ ਕਿਉਂਕਿ ਹੁਣ ਉਹ ਵਾਦਾ ਮਾਫ ਗਵਾ ਨਹੀਂ ਉਹ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਦੋਂ ਉਹਨਾਂ ਨੇ ਗੱਲ ਪਬਲਿਕ ਡੋਮੇਨ ਦੇ ਵਿੱਚ ਰੱਖੀ ਹੈ ਹਾਲਾਂਕਿ ਉਹਨਾਂ ਨੇ 164 ਦੇ ਬਿਆਨ ਵੀ ਜਿਹੜੇ ਉਹ ਦਿੱਤੇ ਨੇ ਉਹਨਾਂ ਬਿਆਨਾਂ ਦੇ ਵਿੱਚ ਵੀ ਉਹਨਾਂ ਨੇ ਉਹ ਸਭ ਗੱਲਾਂ ਕਹੀਆਂ ਨੇ ਜਿਹੜੀਆਂ ਹੁਣ ਉਹਨਾਂ ਨੇ ਪਬਲਿਕ ਡੋਮੇਨ ਦੇ ਵਿੱਚ ਰੱਖੀਆਂ ਨੇ ਕਿ ਕਿੰਦਾ ਰਾਜਨੀਤਿਕ ਲੀਡਰ ਡੇਰੇ ਕੋਲ ਜਾਂਦੇ ਰਹੇ ਕਿਦਾਂ ਮੋਟਾਂ ਦਾ ਸਮਝੌਤਾ ਹੁੰਦਾ ਰਿਹਾ ਕਿਦਾਂ ਉਸ ਉਸ ਵੇਲੇ ਮਾਫੀ ਦਿੱਤੀ ਗਈ ਮਾਫੀ ਕੌਣ ਚਾਹੁੰਦਾ ਸੀ ਕੌਣ ਨਹੀਂ ਸੀ ਚਾਹੁੰਦਾ ਮਾਫੀ ਚਾਹੁੰਦਾ ਸੀ ਸਪਸ਼ਟੀ ਕਰਨ ਚਾਹੁੰਦਾ ਸੀ ਬਹੁਤ ਤੱਥ ਇਸ ਵੇਲੇ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੇ ਨੇ ਅਸੀਂ ਉਹਦੀ ਚਰਚਾ 'ਚ ਨਾ ਜਾਈਏ ਪਰ ਹਰਸਿਮਰ ਜੀ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਖੁਦ ਜਿੰਨਾ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਮੁਰੇ ਆ ਕੇ ਜਵਾਬ ਦੇਣੇ ਚਾਹੀਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਬੋਲੇ ਨੇ ਤੇ ਕੁਝ ਲੀਡਰ ਅੱਜ ਪ੍ਰੈਸ ਕਾਨਫਰੰਸ ਹੋਏਗੀ ਕੁਝ देर ਬਾਅਦ ਤੇ ਉਹ ਵੀ ਆਪਣੇ ਬਿਆਨ ਜਿਹੜੇ ਉਹ ਸਾਹਮਣੇ ਰੱਖਣਗੇ ਕੀ ਉਸ ਵੇਲੇ ਅਸਲ ਦੇ ਵਿੱਚ ਹੋਇਆ ਕੀ ਹੈ ਕਿਉਂਕਿ ਇਸ ਵੇਲੇ ਜਿਹੜੇ ਲੋਕ ਨੇ ਲੋਕ ਵੱਖਰੀ ਤਰ੍ਹਾਂ ਨਾਲ ਸੋਚ ਰਹੇ ਨੇ ਪੋਲਿਟਿਕਲ ਲੀਡਰ ਵੱਖਰੀ ਤਰ੍ਹਾਂ ਨਾਲ ਸੋਚ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਕਿਦੀ ਉਸ ਵੇਲੇ ਸਰਕਾਰ ਸੀ ਉਹਨਾਂ ਸਾਹਮਣੇ ਵੱਡੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਕਿ ਉਸ ਵੇਲੇ ਇਹ ਸਭ ਕੁਝ ਹੋਇਆ ਕਿਉਂ ਹੁਣ ਪ੍ਰਦੀਪ ਕਲੇਰ ਕੁਝ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕੁਝ ਕਹਿ ਰਹੇ ਨੇ ਅਸਲ ਜਿਹੜੀ ਉਹ ਸਚਾਈ ਹੈ ਉਹ ਲੋਕਾਂ ਦੇ ਕਚਹਿਰੀ ਚ ਆ ਕੇ ਹੀ ਹੱਲ ਹੋਏਗਾ ਲੋਕਮਨਾਂ ਦੇ ਵਿੱਚ ਕੀ ਗੱਲ ਜਿਹੜੀ ਪ੍ਰਦੀਪ ਕ레ਰ ਹੋ ਰਹੀ ਕਹਿ ਰਹੇ ਨੇ ਕਿ ਉਹ ਸਹੀ ਹੈ ਜਾਂ ਬਾਦਲ ਸਾਹਿਬ ਹੈ ਉਹਨਾਂ ਦੀ ਟੀਮ ਕਹਿ ਰਹੀ ਹੈ ਉਹ ਸਹੀ ਹੈ ਇਹ ਲੋਕਾਂ ਨੇ ਦੱਸਣਾ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਜਿਹੜਾ ਉਹ ਡਿਸੀਜਨ ਹੋ ਦੇਣਾ ਦੂਸਰੇ ਪਾਸੇ ਜਥੇਦਾਰ ਸਹਿਵਾਨ ਕੋਲ ਵੀ ਚਿੱਠੀ ਗਈ ਹੋਈ ਹੈ ਉਹ ਇੱਥੇ ਕੀ ਫੈਸਲਾ ਲੈਂਦੇ ਨੇ ਕੀ ਇਹ ਸਾਰੇ ਤੱਥ ਧਿਆਨ ਦੇ ਵਿੱਚ ਰੱਖੇ ਜਾਂਦੇ ਨੇ ਜਾਂ ਨਹੀਂ ਰੱਖੇ ਜਾਂਦੇ ਉਸ ਤੋਂ ਬਾਅਦ ਕੀ ਲੋਕਮਨਾ ਦੇ ਅਨੁਸਾਰ ਤਰਜ਼ੁਮਾਨੀ ਕਰਦਾ ਹੋਇਆ ਕੋਈ ਫੈਸਲਾ ਉੱਥੋਂ ਹੋਏਗਾ ਇਹ ਵੀ ਅਜੇ ਸਾਨੂੰ ਉਡੀਕਣਾ ਚਾਹੀਦਾ ਨੰਤਿਕ ਜਦੋਂ ਜਿਹੜਾ ਨਿਰਾਸ਼ਧੜਾ ਜਦੋਂ ਇੱਕ ਲਿਖਤੀ ਮੁਆਫੀਨਾਮਾ ਦੇ ਕੇ ਆਉਂਦਾ ਇਸੇ ਕਾਲ ਤੱਕ ਸਾਹਿਬ ਦੇ ਕੋਲ ਉਸਦੇ ਵਿੱਚ ਚਾਰ ਨੁਕਤੇ ਮੁੱਖ ਤੌਰ ਤੇ ਉਠਾਏ ਜਾਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਇੱਕ ਨੁਕਤਾ ਜਿਹੜਾ ਉਹ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦਾ ਵੀ ਹੁੰਦਾ ਹੈ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਸ਼੍ਰੋਮਣੀ ਕਾਲੀ ਦਲ ਦੀ ਲਗਾਤਾਰ ਲੀਡਰਸ਼ਿਪ ਇਹ ਦਾਵਾ ਕਰ ਰਹੀ ਹੈ ਇਹ ਗੱਲ ਐਡ ਰਹੀ ਹੈ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ ਪਰ ਪੰਥਕ ਸਵਾਮਾ ਦੇ ਵਿੱਚ ਜਾਂ ਫਿਰ ਜਿਹੜੀਆਂ ਸੁਹਿਰਦ ਧਿਰਾਂ ਨੇ ਲਗਾਤਾਰ ਇਹ ਗੱਲ ਕਹਿ ਰਹੀਆਂ ਨੇ ਵੀ ਗਲਤੀ ਕਿੱਥੇ ਹੋਈ ਹੈ ਉਹਨੂੰ ਸਪੈਸੀਫਾਈ ਤਾਂ ਕੀਤਾ ਜਾਵੇ ਨਾ ਲੀਡਰਸ਼ਿਪ ਦੇ ਵੱਲੋਂ ਬਿਲਕੁਲ ਸਮਝ ਜੀ ਕਿਉਂਕਿ ਪ੍ਰਦੀਪ ਕਲੇਰ ਜਿਹੜੇ ਇਸ ਵੇਲੇ ਆ ਕੇ ਹੁਣ ਇਨਜਾਮ ਲਾ ਰਹੇ ਨੇ ਉਹ ਵੀ ਕੋਈ ਉਸ ਤਰ੍ਹਾਂ ਦੇ ਨਾਲ ਕੋਈ ਭਰੋਸੇਯੋਗ ਜਿਹੜੇ ਉਹ ਚਿਹਰੇ ਨਹੀਂ ਹੈ ਉਹਨਾਂ ਉੱਤੇ ਵੀ ਸਮੇਂ-ਸਮੇਂ ਤੇ ਕਈ ਵਾਦ-ਵਿਵਾਦ ਜਿਹੜੇ ਉਹ ਖੜੇ ਹੁੰਦੇ ਰਹੇ ਉਸ ਤੋਂ ਬਾਅਦ ਹੁਣ ਚਿੱਠੀ ਦਾ ਵੀ ਜ਼ਿਕਰ ਹੈ ਬਹੁਤ ਕੁਝ ਮੈਂ ਤੁਹਾਨੂੰ ਜਿਸਾ ਸ਼ੁਰੂ ਵਿੱਚ ਕਹਿਆ ਸੀ ਕਿ ਬਹੁਤ ਕੁਝ ਪਬਲਿਕ ਡੋਮੇਨ ਦੇ ਵਿੱਚ ਆ ਚੁੱਕਿਆ ਹੈ ਤੇ ਉਸ ਕਰਕੇ ਇਹ ਮਾਮਲਾ ਬਹੁਤ ਲੋਕਾਂ ਨੂੰ ਸਮਝ ਨਹੀਂ ਪੈਂਦੀ ਉਹ ਕਹਿੰਦੇ ਅਰੇ ਅੱਛਾ ਕੀ ਹੋਇਆ ਸੀਗਾ ਉਸ ਵੇਲੇ ਬਹੁਤ ਲੋਕਾਂ ਨੂੰ ਦੱਸਣਾ ਪੈਂਦਾ ਕਿ ਇਦਾਂ ਇਦਾਂ ਹੋਇਆ ਸੀ ਉਹ ਕਹਿੰਦੇ ਠੀਕ ਹੈ ਇਦਾਂ ਹੋਇਆ ਸੀ ਉਸ ਤੋਂ ਬਾਅਦ ਕੀ ਹੋਇਆ ਕਿੰਨੀਆਂ ਐਸਆਈਟੀਜ਼ ਬਣ ਗਈਆਂ ਕਿੰਨੀਆਂ ਜਾਂਚ ਕਮਿਸ਼ਨ ਬਣ ਗਏ ਉਹਨਾਂ ਦੇ ਮੁਖੀ ਕੌਣ ਸੀਗੇ ਅੱਜ ਤੁਸੀਂ ਪੁੱਛੋ ਕਿ ਜਿਹੜੀ ਕੋਟਕਪੂਰੇ ਵਾਲੀ ਜਿਹੜੀ ਐਸਆਈਟੀ ਆ ਉਹਨੂੰ ਕੌਣ ਲੀਡ ਕਰ ਰਿਹਾ ਹੈ ਇਸ ਵੇਲੇ ਅਲਕਿਆਦ ਹੋਰ ਲੀਡ ਕਰ ਰਹੇ ਨੇ ਇਸ ਤੋਂ ਪਹਿਲਾਂ ਕੁਮਰ ਬਿਜੇ ਪ੍ਰਤਾਪ ਹੁਣ ਲੀਡ ਕਰ ਰਹੇ ਸੀਗੇ ਇਸੇ ਤਰ੍ਹਾਂ ਬੇਬਲ ਕਲਾ ਵਾਲੀ ਹੋਗੀ ਬਰਗਾੜੀ ਵਾਲੀ ਹੋਗੀ ਇਹਨਾਂ ਦੇ ਐਸਆਈਟੀਜ਼ ਕੋਨ ਨੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਲੋਕਾਂ ਦੀ ਇਸ ਵੇਲੇ ਉਹ ਸਾਰੀ ਗੱਲਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਦਿਲਚਸਪੀ ਵੀ ਘਟ ਗਈ ਕਿਉਂਕਿ ਲੋਕਾਂ ਨੂੰ ਜਿੰਨੀ ਆਸ ਉਮੀਦ ਸੀਗੀ ਉਹ ਟੁੱਟ ਗਈ ਹੈ ਜੀ ਉਹ ਹਰ ਸਰਕਾਰ ਤੋਂ ਟੁੱਟੀ ਹੈ ਤੇ ਹਰ ਲੀਡਰਸ਼ਿਪ ਤੋਂ ਟੁੱਟੀ ਹੈ ਕਿਉਂਕਿ ਲੋਕਾਂ ਨੂੰ ਇਦਾਂ ਲੱਗਦਾ ਕਿ ਇਹ ਮੁੱਦੇ ਤੇ ਸਿਰਫ ਔਰ ਸਿਰਫ ਸਿਆਸਤ ਹੁੰਦੀ ਆਈ ਹੈ ਹੁਣ ਤੁਸੀਂ ਦੇਖੋ ਇੱਕ ਤਰ੍ਹਾਂ ਇਲਜ਼ਾਮ ਲਾ ਰਹੀ ਹੈ ਦੂਜੀ ਤਰ੍ਹਾਂ ਇਹ ਕਹਿ ਦਿੰਨਾ ਜੀ ਇਹ ਸਾਡੇ ਤੇ ਜਿਹੜੀ ਉਹ ਸਿਆਸਤ ਹੋ ਰਹੀ ਹੈ ਗੰਦੀ ਸਿਆਸਤ ਦਾ ਇਸ ਨੂੰ ਨਾਂ ਦਿੱਤਾ ਜਾਏਗਾ ਪਰ ਇਹ ਪੂਰੇ ਮਾਮਲੇ ਦੇ ਵਿੱਚ ਇਹ ਸਪਸ਼ਟ ਹੈ ਕਿ ਜਿਹੜਾ ਇਨਸਾਫ ਹੈ ਉਹ ਕਿਤੇ ਬਹੁਤ ਦੂਰ ਨਿਕਲ ਗਿਆ ਹੁਣ ਇਨਸਾਫ ਦੇ ਨੇੜੇ ਤੇਰੇ ਗੱਲ ਨਹੀਂ ਜਾ ਰਹੀ ਹੁਣ ਸਿਰਫ ਗਦਲਾ ਗਦਲੀ ਸਿਆਸਤ ਜਿਹੜੀ ਉਹ ਸਾਹਮਣੇ ਆ ਰਹੀ ਹੈ ਇਸ ਵੇਲੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਉਹ ਹੋਣਗੀਆਂ ਇਹ ਸਿਆਸੀ ਬਿਆਨਬਾਜ਼ੀ ਦਾ ਅਖਤਾਰ ਸਿਮਰਨ ਜੀ ਠੀਕ ਹੋ ਸਕਦੀ ਹੈ ਪਰ ਇਨਸਾਫ ਦੇ ਪੱਤਰ ਤੱਕ ਨਹੀਂ ਹਾਂ ਇਨਸਾਫ ਲੋਕ ਚਾਹੁੰਦੇ ਨੇ ਮੈਨੂੰ ਲੱਗਦਾ ਕਿ ਸ਼ਾਇਦ ਇਨਸਾਫ ਇਸ ਪੂਰੇ ਮਾਮਲੇ ਦੇ ਵਿੱਚ ਨਾ ਮਿਲੇ ਕਿਉਂਕਿ ਪੱਤਰ ਸਾਹਿਬ ਨੇ ਵੀ ਕਿਹਾ ਸੀਗਾ ਹੁਣ ਅਦਾਲਤਾਂ ਦੇ ਵਿੱਚ ਇਹ ਮਾਮਲਾ ਗਿਆ ਹੋਇਆ ਕਿ ਇਸ ਅਦਾਲਤ ਚ ਬੰਦੇ ਬਿਰਖ ਹੋਗੇ ਫੈਸਲਾ ਸੁਣਦਾ ਸੁਣਦਾ ਸੁੱਕਗੇ ਸੋ ਮੈਨੂੰ ਲੱਗਦਾ ਕਿ ਇੱਕ ਪੀੜਿਤ ਆ ਇਹ ਫੈਸਲੇ ਸੁਣਦਿਆ ਸੁਣਦਿਆ ਹੀ ਸੁੱਕ ਜਾਵੇਗੀ ਜੀ ਨੰਤਰਿਕ ਬਿਲਕੁਲ ਕਿਉਂਕਿ ਭਾਵੇਂ ਬਰਗਾੜੀ ਹੋਵੇ ਜਦੋਂ ਜਦੋਂ ਇਹ ਬੇਅਦਬੀ ਦੀ ਘਟਨਾ ਵਾਪਰੀ ਆ ਉਸ ਤੋਂ ਬਾਅਦ ਸਿੱਖਾਂ ਦੇ ਹਿਰਦੇ ਜ਼ਰੂਰ ਜਿਹੜੇ ਬਲੁੰਦਰੇ ਗਏ ਨੇ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਰੋਸ ਵੀ ਸੀ ਕਿਸ ਤਰ੍ਹਾਂ ਉਸ ਤੋਂ ਬਾਅਦ ਇਕੱਠ ਕੀਤਾ ਜਾਂਦਾ ਉੱਥੇ ਧਰਨਾ ਲਾਇਆ ਜਾਂਦਾ ਹੈ ਜਾਂ ਬਾਬਲ ਕਲਾਂ ਗੋਲੀकांड ਹੁੰਦਾ ਬਾਬਲ ਕਲਾਂ ਗੋਲੀकांड ਦੇ ਵਿੱਚ ਵੀ ਹੁਣ ਤੱਕ ਇਨਸਾਫ ਨਹੀਂ ਮਿਲਿਆ ਸੁਖਰਾਜ ਸਿੰਘ ਨਿਆਮੀ ਵਾਲਾ ਕਿਉਂਕਿ ਉਸ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਜਿਹੜੇ ਸ਼ਹੀਦ ਹੋਏ ਸੰਗੋਲੀ ਦੇ ਨਾਲ ਲਗਾਤਾਰ ਉਹ ਆਪਣਾ ਸੰਘਰਸ਼ ਉਹਨਾਂ ਨੇ ਵਿੱਢਿਆ ਹੋਇਆ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਵਿਕੀਤਰੋਂ ਇਨਸਾਫ ਮਿਲਦਾ ਉਹਨਾਂ ਤੱਕ ਨਜ਼ਰ ਨਹੀਂ ਆ ਰਿਹਾ ਬਿਲਕੁਲ ਅਰਸ਼ਮਨ ਜੀ ਕਿਉਂਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੀਡਰ ਇਹ ਗੱਲ ਕਹਿੰਦੇ ਵੀ ਨਹੀਂ ਕਿ ਜੀ ਆਸਵੰਦ ਰਹਿਣਾ ਚਾਹੀਦਾ ਜੀਵੇ ਆਸਾ ਮਰੇ ਨਾ ਆਸ਼ਾ ਪਰ ਜਦੋਂ ਆਸ ਦੀ ਉਮੀਦ ਹੀ ਲੋਕਾਂ ਨੂੰ ਵਿਖਾਈ ਨਹੀਂ ਦੇ ਰਹੀ ਇੰਨੇ ਸਾਲ ਹੋ ਗਏ 9 ਸਾਲ ਹੋ ਗਏ ਇਸ ਪੂਰੇ ਮਾਮਲੇ ਦੇ ਵਿੱਚ ਤਿੰਨ ਸਰਕਾਰਾਂ ਜਿਹੜੀਆਂ ਉਹ ਚੇਂਜ ਹੋ ਗਏ ਚਾਰ ਮੁੱਖ ਮੰਤਰੀ ਜਿਹੜੇ ਉਹ ਬਦਲੇ ਗਏ ਪਰ ਚਾਰ ਮੁੱਖ ਮੰਤਰੀਆਂ ਦੇ ਬਾਵਜੂਦ ਲੋਕਾਂ ਦੇ ਹੱਥ ਦੇ ਵਿੱਚ ਸਿਰਫ ਹੋਰ ਸਿਰਫ ਨਿਰਾਸ਼ਾ ਲੱਗੀ ਹੈ ਸੋ ਜੇ ਸ਼ਾਇਦ ਲੋਕਾਂ ਨੂੰ ਹੋਰ ਇੰਤਜ਼ਾਰ ਜਿਹੜਾ ਉਹ ਕਰਨਾ ਪਏਗਾ ਜੀ ਨਨਪ੍ਰੀਤ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਚੱਲਦਾ ਸੀ ਜਦੋਂ ਕਿਸਾਨ ਅੰਦੋਲਨ ਫਤਿਹ ਵੀ ਹੋਇਆ ਉਸ ਤੋਂ ਬਾਅਦ ਬੱਬੂ ਮਾਨ ਕਿਉਂਕਿ ਪੰਜਾਬੀ ਗਾਇਕ ਨੇ ਮਕਬੂਲ ਪੰਜਾਬੀ ਗਾਇਕ ਨੇ ਉਹਨਾਂ ਦਾ ਜਿਹੜਾ ਗੀਤ ਹੈ ਕਬਜ਼ਾ ਕਾਫੀ ਮਕਬੂਲ ਹੋਇਆ ਸੀ ਉਸ ਸਮੇਂ ਦੇ ਵਿੱਚ ਇੱਕ ਐਂਥਮ ਉਸ ਨੂੰ ਕਿਹਾ ਗਿਆ ਸੀ ਕਿ ਕਿਸਾਨੀ ਅੰਦੋਲਨ ਜਦੋਂ ਜਿੱਤ ਗਿਆ ਜਾਂ ਫਿਰ ਜਦੋਂ ਖਤਮ ਹੋਇਆ ਉਸ ਤੋਂ ਬਾਅਦ ਬੂਮਾਨ ਲਗਾਤਾਰ ਚਰਚਾ ਦੇ ਵਿੱਚ ਰਹੇ ਨੇ ਤੇ ਹੁਣ ਬੱਬੂ ਮਾਨ ਹੋਰਾਂ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਪਖੰਡਵਾਦ ਚੱਲ ਰਿਹਾ ਹੈ ਜਾਂ ਜਿਹੜੇ ਬਾਬੇ ਨੇ ਕਹਿੰਦੇ ਮੈਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਸੀ ਕਿ ਕੋਈ ਆਰਟਿਸਟ ਕੋਈ ਕਲਾਕਾਰ ਭਾਈਚਾਰੇ ਦੇ ਵਿੱਚੋਂ ਕੋਈ ਇਸ ਤੇ ਲਿਖੇਗਾ ਪਰ ਕਹਿੰਦੇ ਵੀ ਕਿਸੇ ਨੇ ਵੀ ਇਸ ਇਸ ਮੁੱਦੇ ਦੇ ਖੁੱਲਕੇ ਨਹੀਂ ਲਿਖਿਆ ਹੁਣ ਮੈਂ ਇਸ ਤੇ ਲਿਖਿਆ ਹਉਣ ਵਾਲੇ ਸਮੇਂ ਦੇ ਵਿੱਚ ਮੈਂ ਇਸ ਤੇ ਗੀਤ ਵੀ ਰਿਲੀਜ਼ ਕਰਾਂਗਾ ਜੀ ਹਸਮਨ ਜੀ ਬਿਲਕੁਲ ਕਿਉਂਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਡੇਰੇ ਨੇ ਡੇਰਾਵਾਦ ਦੀ ਵੀ ਗੱਲ ਹੁੰਦੀ ਹੈ ਬਹੁਤ سارے ਡੇਰੇ ਚੰਗਾ ਕੰਮ ਕਰ ਰਹੇ ਨੇ ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ ਤੇ ਬਹੁਤ ਡੇਰੇ ਬਦਨਾਮੀ ਦਾ ਘਰ ਵੀ ਬਣੇ ਹੋਏ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਖੰਡਵਾਦ ਹੈ ਉਹ ਬਹੁਤ ਭਾਰੂ ਹੈ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਦੇ ਵਿੱਚ ਤੇ ਵੀ ਅੱਜ ਕੱਲ੍ਹ ਆਨਲਾਈਨ ਵੀ ਜਿਹੜੇ ਉਹ ਲੱਗਦੇ ਨੇ ਅੱਜਕੱਲ ਤੁਸੀਂ ਇੱਕ ਤਰ੍ਹਾਂ ਨਾਲ ਦੇਖੋ ਕਿ ਬਾਬਾ ਜੀ ਕੋਲੇ ਜਾਓ ਬਾਬਾ ਜੀ ਨੇ ਤੁਹਾਨੂੰ ਬੈਠੇ ਘਰੇ ਦੇ ਤੁਹਾਡਾ ਸਮਾਧਾਨ ਕਰ ਦੇਣਾ ਤੇ ਤੁਸੀਂ 5000 ਰੁਪਏ ਬਾਬਾ ਨੂੰ Google Pay ਕਰੋ ਤੇ ਨਾਲ ਹੀ ਤੁਹਾਡੀ ਸਮਾਧਾਨ ਹੋ ਜਾਣਾ ਤੁਸੀਂ ਜੋ ਤੁਸੀਂ ਚਾਹੋਗੇ ਤੁਸੀਂ ਚਾਹੇ ਕਿਸੇ ਦੇ ਘਰ ਚ ਕਲੇਸ਼ ਪਾਉਣਾ ਤੁਹੀ ਚਾਹੇ ਕਿਸੇ ਨੂੰ ਇਧਰੋਂ ਉਤਰ ਕਰਨਾ ਚਾਹੇ ਤੁਸੀਂ ਕੋਈ ਮਨ ਚਾਹੇ ਵਿਆਹ ਕਰਨਾ ਕੁਝ ਵੀ ਕਰਨਾ ਹੋਵੇ ਤੁਸੀਂ ਤੁਹਾਨੂੰ ਸਿਰਫ ਉਹ ਸਿਰਫ ਜਿਹੜੀ ਉਹ ਅੱਜ ਕੱਲ ਬੰਗਾਲੀ ਬਾਬੇ ਦੀ ਐਡਾਂ ਚੱਲਦੀਆਂ ਨੇ ਕਿਉਂਕਿ ਅਸੀਂ ਤਾਂ ਪ੍ਰਾਈਮਰੀ ਸ਼ਾ ਟੀਵੀ ਦੇ ਉੱਤੇ ਐਡਾਂ ਜਿਹੜੀਆਂ ਉਹ ਉਹਨਾਂ ਨੂੰ ਅੰਧਵਿਸ਼ਵਾਸ ਵਾਲੀ ਐਡਾਂ ਤੋਂ ਦੂਰ ਹੋਈ ਸਸਰੀ ਕਾਲ ਅਸੀਂ ਬਲਾਈ ਹੋਈ ਹੈ ਪਰ ਬਹੁਤੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇੰਡੀਪੈਂਡੈਂਟ ਅਧਾਰੇ ਵੀ ਨੇ ਹੋਰ ਬਹੁਤ ਸਾਰੇ ਨੇ ਉਹਨਾਂ ਉੱਤੇ ਐਡਾਂ ਚੱਲਦੀਆਂ ਨੇ ਤੇ ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜੇ ਵੀ ਹੋਏ ਨੇ ਸੋ ਹਰਸਿਮਰ ਜੀ ਉਹਦੇ ਪਿੱਛੇ ਜਾਣ ਦੀ ਜ਼ਰੂਰਤ ਹੈ ਕਿ ਅਖਰ ਜਿਹੜੇ ਲੋਕ ਨੇ ਉਹ ਇੱਥੇ ਜਾਂਦੇ ਕਿਉਂ ਨੇ ਇੱਕ ਆਸਥਾ ਉਹਨਾਂ ਦੀ ਇੱਕ ਉਹਨਾਂ ਨੂੰ ਵਿਸ਼ਵਾਸ ਹੈ ਇੱਕ ਅੰਧਵਿਸ਼ਵਾਸੀ ਹੈ ਇੱਕ ਉਹ ਸਾਡੇ ਕਲਚਰ ਦੇ ਵਿੱਚ ਉਹ ਚਾਹ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਤੇ ਅਸੀਂ ਪੜ੍ਹੇ ਲਿਖੇ ਵੀ ਕਈ ਵਾਰੀ ਅਨ ਐਜੂਕੇਟਿਡ ਵਾਂਗੂ ਵਿਹਾਰ ਜਿਹੜਾ ਉਹ ਕਰਨ ਲੱਗ ਜਾਂਦੇ ਨੇ ਆ ਤੇ ਬਹੁਤੀ ਵਾਰੀ ਲੋਕਾਂ ਦੀ ਸ਼ਰਧਾ ਵੀ ਹੁੰਦੀ ਹੈ ਤੇ ਕਈ ਵਾਰੀ ਅੰਨੀ ਸ਼ਰਧਾ ਵੀ ਜਿਹੜੀ ਉਹ ਹੁੰਦੀ ਹੈ ਹੁਣ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਦੇਖੋ ਕਿ ਅੱਜ ਕੱਲ ਡੇਰੇ ਵਾਲਿਆਂ ਦੇ ਉੱਤੇ ਬਾਬਿਆਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਦੇਖੋ ਕਿ ਕਈ ਇਲਜ਼ਾਮ ਇਹੋ ਜਿਹੇ ਨੇ ਜਿਹੜੇ ਅਸੀਂ ਘਰ ਬੈਠ ਕੇ ਆਪਣੇ ਘਰ ਦੇ ਨਾਲ ਵੀ ਨਹੀਂ ਸੁਣ ਸਕਦੇ ਵੀ ਇਲਜ਼ਾਮ ਕੀ ਲੱਗ ਰਹੇ ਨੇ ਤਾਂ ਇਸ ਕਰਕੇ ਇਹ ਜ਼ਰੂਰ ਹੈ ਕਿ ਪਬਲਿਕ ਡੋਮੇਨ ਦੇ ਵਿੱਚ ਜਿਹੜੇ ਵੀ ਲੋਕ ਨੇ ਉਹਨਾਂ ਨੂੰ ਇਸ ਗੱਲ ਤੋਂ ਬਚਣ ਦੀ ਜ਼ਰੂਰਤ ਹੈ ਚਾਹੇ ਉਹ ਬਾਬੇ ਨੇ ਚਾਹੇ ਹੋਰ ਨੇ ਹੁਣ ਬੱਬੂ ਮਾਨ ਹੁਣ ਕੀ ਹੋ ਰਿਹਾ ਕਹ ਰਹੇ ਨੇ ਕਿ ਇੱਕ ਗਾਣਾ ਉਹਨਾਂ ਨੇ ਪਹਿਲਾਂ ਗਾਇਆ ਸੀ ਕਿ ਇੱਕ ਬਾਬਾ ਨਾਨਕ ਸੀ ਜਿਨੇ ਤੁਰਕੇ ਦੁਨੀਆ ਘਾਤੀ ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਚਲਾਤੀ ਤੇ ਉਹ ਕਹ ਰਹੇ ਨੇ ਕਿ ਉਸ ਤੋਂ ਬਾਅਦ ਉਹ ਗਾਣੇ ਦੀ ਉਡੀਕ ਕਰਦੇ ਸੀਗੇ ਇੱਕ ਉਹਨਾਂ ਨੇ ਗਾਣਾ ਸੀਗਾ 21 ਸਦੀ ਦਾ ਯੁੱਗ ਵਿਗਿਆਣ ਦਾ ਆ ਸਾਦਾ ਦੀਆਂ ਚੌਕੀਆਂ ਨਹੀਂ ਪਰ ਹੋਣੀ ਆ ਸੋ ਇਹੋ ਜੀ ਕੁਝ ਗੀਤ ਨੇ ਉਹ ਕਹਿੰਦੇ ਕਿ ਮੇਰਾ ਇੱਕ ਟਰੈਕ ਹੈ ਮੈਂ ਜਦੋਂ ਉਹ ਚੀਜ਼ਾਂ ਲਿਖਦਾ ਸਮਾਜ ਦੇ ਵਿੱਚ ਜਿਹੜੀਆਂ ਕੋਈ ਹੋਰ ਨਹੀਂ ਲਿਖ ਰਿਆ ਤੋਂ ਕਹਿੰਦੇ ਵੀ ਮੈਨੂੰ ਹੁਣ ਲਿਖਣ ਦੀ ਜ਼ਰੂਰਤ ਮੈਨੂੰ ਲੱਗਦਾ ਪੈ ਰਹੀ ਹੈ ਤੇ ਆਨਲ ਦਿਨਾ ਚ ਉਹ ਕਹਿੰਦੇ ਕਿ ਇਸ ਤੇ ਉੱਤੇ ਵੀ ਗਾਣਾ ਜ਼ਰੂਰ ਆਏਗਾ ਸੋ ਉਹਨਾਂ ਤੋਂ ਬਿਨਾਂ ਵੀ ਜੇ ਕੋਈ ਹੋਰ ਗਾਇਕ ਜ਼ਰੂਰ ਗਾਉਂਦੇ ਨੇ ਪਰ ਕਿਉਂਕਿ ਬੱਬੂ ਮਾਨ ਦਾ ਨਾਮ ਬਹੁਤ ਵੱਡਾ ਉਹਨਾਂ ਦਾ ਔਰਾ ਬਹੁਤ ਵੱਡਾ ਜਦੋਂ ਉਹ ਗੱਲ ਕਹਿਣਗੇ ਉਹਨਾਂ ਦੀ ਗੱਲ ਬਹੁਤ ਜ਼ਿਆਦਾ ਜਿਹੜੇ ਲੋਕਾਂ ਤੱਕ ਜਾਏਗੀ ਕਿਉਂਕਿ ਕੱਟੜ ਕੱਟੜ ਫੈਰ ਉਹਨਾਂ ਦੇ ਹੈ ਨੇ ਤੇ ਉਹਨਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਹੁਣ ਬੱਬੂ ਮਾਨ ਕਹਿ ਰਹੇ ਨੇ ਕਿ ਇੱਕ ਪਖੰਡਵਾਦ ਦੇ ਉੱਤੇ ਜਾਂ ਜਿਹੜਾ ਅੱਜ ਕੱਲ ਇਹ ਚੱਲ ਰਿਹਾ ਡੇਰਾਵਾਦ ਇਸ ਦੇ ਉੱਤੇ ਇੱਕ ਗੀਤ ਜਿਹੜਾ ਉਹ ਆਉਣ ਵਾਲੇ ਦਿਨਾਂ 'ਚ ਕੱਢਣਗੇ ਸੋ ਇੰਤਜ਼ਾਰ ਲੋਕਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਨੰਦਪ੍ਰੀਤ ਪੈਰਾਸੋਲੰਪਿਕ ਸੱਪਾ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕਰ ਰਹੇ ਆ ਅੱਜ ਇੱਕ ਹੋਰ ਮੈਡਲ ਭਾਰਤ ਦੀ ਝੋਲੀ ਪਿਆ ਤੇ ਹਰਿਆਣੇ ਦੀ ਉਹੀ ਕੁੜੀ ਮਨੂਪਾਕਰ ਉਹਨਾਂ ਨੇ ਇੱਕ ਵਾਰ ਫਿਰ ਤੋਂ ব্রੌਂਜ਼ ਮੈਡਲ ਜਿੱਤਿਆ ਸ਼ੂਟਿੰਗ ਦੇ ਵਿੱਚ ਦੋਵਾਂ ਨੇ ਇਹ ਜਿਹੜਾ ਮੈਡਲ ਹੈ ਉਹ ਜਿੱਤਿਆ ਤੇ ਭਾਰਤ ਦੇ ਲਈ ਮਾਣ ਵਾਲੀ ਗੱਲ ਜ਼ਰੂਰ ਹੈ ਜੀ ਹਸਮ ਸਿੰਘ ਜੀ ਬੜੇ ਕਮਾਲ ਦੀ ਗੱਲ ਹੈ ਕਿ ਮਨੂਪਾਕਰ ਨੇ ਇੱਕ ਵਾਰ ਫਿਰ ਤੋਂ ਭਾਰਤ ਦਾ ਜਿਹੜਾ ਮਾਣ ਉਹ ਪੂਰੀ ਦੁਨੀਆ ਦੇ ਵਿੱਚ ਇੱਕ ਵਾਰ ਫਿਰ ਤੋਂ ਵਧਾਇਆ ਤੇ ਉਹੀ ਸ਼ੂਟਿੰਗ ਹੈ ਕਿਉਂਕਿ ਪਹਿਲਾਂ ਉਹਨਾਂ ਨੇ ਇਕੱਲੇ ਜਿਹੜੀ ਉਹ ਸ਼ੂਟਿੰਗ ਕੀਤੀ ਹੈ ਹੁਣ ਟੀਮ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤਾਂ ਟੀਮ ਦੇ ਵਿੱਚ ਵੀ ਉਹਨਾਂ ਦੀ ਟੀਮ ਜਿਹੜੀ ਉਹ ਫੇਰ ਦੁਬਾਰਾ ਜੇਤੂ ਹੋਈ ਹੈ ਤੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣੇ ਪਰਿਵਾਰ ਦਾ ਆਪਣੇ ਦੇਸ਼ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਸੋ ਵਧਾਈ ਉਸ ਭਰ ਦੇ ਪੁੱਤ ਨੂੰ ਤੇ ਉਸ ਧੀ ਨੂੰ ਵੀ ਦੇਣੀ ਬਣਦੀ ਹੈ ਤੇ ਅੱਜ ਅਸੀਂ ਸਾਰੇ ਫਖਰ ਮਹਿਸੂਸ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਵੀ ਸਾਡੇ ਪਲੇਅਰ ਜਿਹੜੇ ਇਸ ਵੇਲੇ ਲੱਗੇ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਰਦਾਸਾਂ ਉਹ ਵੀ ਕਰ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਰ ਰਹੇ ਨੇ ਦੇਸ਼ ਵਾਸੀ ਵੀ ਦਾ ਅਰਦਾਸਾ ਕਰ ਰਹੇ ਹੋਣਗੇ ਕਿ ਉਹ ਖੇਤੀ ਤੋਂ ਖੇਤੀ ਜਿੱਤ ਕੇ ਆਉਣ ਤੇ ਅਸੀਂ ਉਹਨਾਂ ਦੀ ਖੁਸ਼ੀਆਂ ਮਨਾਈਏ ਸੋ ਸਾਰਿਆਂ ਨੂੰ ਸ਼ੁਭਕਾਮਨਾਵਾਂ ਜਿਹੜੀਆਂ ਉਹ ਅਸੀਂ ਆਪਣੇ ਪ੍ਰਾਈਮੇਸ਼ੀਆ ਟੀਵੀ ਦੇ ਇਸ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੇ ਨਾਲ ਹੀ ਇਸ ਮੰਚ ਵੱਲੋਂ ਦਿੰਦੇ ਆ ਜੀ ਨਨਪ੍ਰੀਤ ਪੰਜਾਬ ਦੀ ਸਿਆਸਤ ਵੱਲ ਜੇਕਰ ਮੋੜਾ ਕਟਿਏ ਤਾਂ ਜਗਦੀਸ਼ ਭੂਲਾ ਬਹੁਤ ਚਰਚਿਤ ਨਾਮ ਨੇ ਪੰਜਾਬ ਦੇ ਵਿੱਚ ਤੇ ਬਹੁ ਕਰੋੜੀ ਜਿਹੜਾ ਡਰਗ ਮਾਮਲਾ ਹੈ ਉਸ ਦੇ ਵਿੱਚ ਬਤੌਰ ਜਿਹੜੇ ਮੁਲਜ਼ਮ ਨੇ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਸਨ ਤੇ ਅੱਜ ਮਨੀ ਲਾਂਡਰਿੰਗ ਦਾ ਜਿਹੜਾ ਮਾਮਲਾ ਹੈ ਇਸ ਡਰਗ ਕੇਸ ਦੇ ਜੁੜਿਆ ਹੋਇਆ ਉਸ ਦੇ ਵਿੱਚ ਉਹਨਾਂ ਨੂੰ ਮਲਜ਼ਮ ਪਾਇਆ ਗਿਆ ਉਹਨਾਂ ਦੇ ਨਾਲ 25 ਹੋਰ ਜਣੇ ਨੇ ਜਿਨ੍ਹਾਂ ਨੂੰ ਇਸ ਕੇਸ ਦੇ ਵਿੱਚ ਮਲਜ਼ਮ ਬਣਾਇਆ ਗਿਆ ਹਰਸ਼ਮਨ ਜੀ ਜਿਹੜੇ ਜਗਦੀਸ਼ ਭੋਲਾ ਨੇ ਉਹਨਾਂ ਨਾਲ ਮੇਰੀ ਜਿਹੜੀ ਸਭ ਤੋਂ ਪਹਿਲੀ ਯਾਦ ਹੈ ਉਹ ਇੱਕ ਫਿਲਮ ਦੇ ਨਾਲ ਜੁੜਦੀ ਹੈ ਕਿਉਂਕਿ ਉਹਨਾਂ ਉੱਤੇ ਰੈਸਲਰ ਇੱਕ ਫਿਲਮ ਬਣੀ ਸੀਗੀ ਉਹਨਾਂ ਦੀ ਜ਼ਿੰਦਗੀ ਦੇ ਆਧਾਰ ਤੋਂ ਫਿਲਮ ਸੀਗੀ ਉਸ ਤੋਂ ਬਾਅਦ ਉਹਨਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ ਉਹਨਾਂ ਬਾਰੇ ਸਮਝਣਾ ਸ਼ੁਰੂ ਕੀਤਾ ਜਗਦੀਸ਼ ਭੋਲਾ ਉਹਨਾਂ ਦੇ ਉੱਤੇ ਕਿਉਂਕਿ ਬੜੇ ਕਮਾਲ ਦੇ ਜਿਹੜੇ ਉਹ ਉਹਨਾਂ ਨੇ ਖੇਡ ਜਿਹੜੀ ਉਹ ਖੇਡੀ ਹੈ ਬਹੁਤ ਕਮਾਲ ਦੀ ਉਹਨਾਂ ਦੀ ਇੱਕ ਤਰ੍ਹਾਂ ਨਾਲ ਆਪਣੇ ਦੇਸ਼ ਨੂੰ ਲੈ ਕੇ ਆਪਣੀ ਕੌਮ ਨੂੰ ਲੈ ਕੇ ਲਗਾਤਾਰ ਉਹ ਜਿਹੜੇ ਸੰਘਰਸ਼ ਉਹ ਕਰਦੇ ਸੀ ਖੇਡ ਦੇ ਮੈਦਾਨ ਦੇ ਵਿੱਚ ਤਾਂ ਉਹ ਕੁਸ਼ਤੀ ਉਹ ਲਗਾਤਾਰ ਕਰਦੇ ਸੀ ਜੀ ਤਾਂ ਜਿਹੜੇ ਇੱਕ ਤਰ੍ਹਾਂ ਨਾਲ ਜਗਦੀਸ਼ ਭੋਲਾ ਨੇ ਜਿਹੜੇ ਪਰ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੇ ਵਿੱਚ ਵੀ ਨੌਕਰੀ ਮਿਲਦੀ ਹੈ ਸ਼ਾਇਦ ਉਹ ਡੀਐਸਪੀ ਦੇ ਉਹਦੇ ਤੇ ਜਾਂਦੇ ਨੇ ਉਸ ਤੋਂ ਬਾਅਦ ਇੱਕ ਵਿਵਾਦ ਵਿਵਾਦ ਉਹਨਾਂ ਨਾਲ ਆ ਕੇ ਜੁੜ ਜਾਂਦਾ ਹੈ ਜਗਦੀਸ਼ ਭੋਲਾ ਕਦੇ ਖੇਡ ਜਗਤ ਦਾ ਬਹੁਤ ਵੱਡਾ ਨਾਮ ਸੀਗਾ ਤੇ ਅੱਜ ਨਸ਼ਾ ਤਸਕਰੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਹੁਣ ED ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸੀਗੀ ਉਹਨਾਂ ਦੇ ਮਨੀ ਲੌਂਡਰਿੰਗ ਦਾ ਜਿਹੜਾ ਇਹ ਕੇਸ ਬਣਿਆ ਹੋਇਆ ਸੀਗਾ ਤਾਂ ਉਸ ਦੇ ਵਿੱਚ ਤੁਸੀਂ ਦੇਖੋਗੇ 2013 ਦਾ ਕੇਸ ਅੱਜ 11 ਸਾਲ ਬਾਅਦ ਉਹਨਾਂ ਨੂੰ ਜਿਹੜਾ ਉਹ ਦੋਸ਼ੀ ਕਰਾਰ ਦੇ ਦਿੱਤਾ ਗਿਆ ਹਾਲਾਂਕਿ ਉਹ ਆਪਣੇ ਪਿਤਾ ਜੀ ਦੇ ਜਿਹੜੇ ਸੰਸਕਾਰ ਮੌਕੇ ਵੀ ਉੱਥੇ ਪਹੁੰਚੇ ਸੀ ਬੜੇ ਭਾਵਕ ਉਹ ਉੱਥੇ ਹੋਏ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਕੋਈ ਕਸੂਰ ਨਹੀਂ ਹੈ ਠੀਕ ਹੈ ਜੀ ਉਹ ਉਹਨਾਂ ਦਾ ਕਹਿਣਾ ਪਰ ਦੂਸਰੇ ਪਾਸੇ ਅਦਾਲਤ ਨੇ ਆਪਣਾ ਫੈਸਲਾ ਜਿਹੜਾ ਸੁਣਾਤਾ ਇੱਥੇ ਇਸ ਗੱਲ ਤੋਂ ਸਾਨੂੰ ਸਾਰਿਆਂ ਨੂੰ ਸਬਕ ਲੈਣ ਦੀ ਜ਼ਰੂਰਤ ਹੈ ਕਿ ਜੇ ਜਗਦੀਸ਼ ਭੋਲੇ ਵਰਗਾ ਇੰਨਾ ਵੱਡਾ ਨਾਮ ਉਹ ਜਿਹੜਾ ਕਦਾਵਰ ਖਿਡਾਰੀ ਅੱਜ ਨਸ਼ਾ ਤਸਕਰੀ ਦੇ ਵਿੱਚ ਜਿਹੜਾ ਉਹ ਦੋਸ਼ੀ ਕਰਾਰ ਉਹਨਾਂ ਨੂੰ ਦੇ ਦਿੱਤਾ ਗਿਆ ਸੋ ਮੈਨੂੰ ਲੱਗਦਾ ਕਿ ਹੋਰ ਬਹੁਤ ਸਾਰੇ ਲੋਕ ਉਹਨਾਂ ਦੀ ਜ਼ਿੰਦਗੀ ਤੋਂ ਜ਼ਰੂਰ ਸਬਕ ਲੈਣ ਕਿਉਂਕਿ ਉਹਨਾਂ ਨੇ ਇੱਕ ਖੇਡ ਜਗਦਾ ਉਹ ਪੀਕ ਵੀ ਦੇਖੀ ਹੈ ਤੇ ਦੂਸਰੇ ਪਾਸੇ ਹੁਣ ਕ੍ਰਾਈਮ ਦੀ ਦੁਨੀਆ ਦਾ ਉਹ ਜਿਹੜਾ ਹਨੇਰਾ ਅੰਧਕਾਰ ਹੈ ਉਹ ਵੀ ਹੁਣ ਦੇਖਣਗੇ ਸੋ ਇਹਨਾਂ ਦੋਨਾਂ ਨੂੰ ਪੈਰਲਲ ਕਰਨ ਦੀ ਜ਼ਰੂਰਤ ਹੈ ਤੇ ਆਪਣਾ ਰਾ ਆਪਣਾ ਰਸਤਾ ਉਹ ਜਿਹੜਾ ਉਤਰਾਸ਼ਨ ਦੀ ਜ਼ਰੂਰਤ ਹੈ ਨਵੇਂ ਦਿਸਹੱਦੇ ਜਿਹੜੇ ਸਾਡਾ ਸਾਰਿਆਂ ਦਾ ਇੰਤਜ਼ਾਰ ਕਰ ਰਹੇ ਨੇ ਸੋ ਨਵੇਂ ਦਿਸਹੱਦਿਆਂ ਨੂੰ ਜਿਹੜਾ ਉਹ ਸਰ ਕਰਨਾ ਚਾਹੀਦਾ ਨਾ ਕਿ ਇਹੋ ਜਿਹੇ ਜੁਰਾਇਮ ਪੇਸ਼ੇ ਦੀ ਜਿਹੜੀ ਦੁਨੀਆ ਦੇ ਵਿੱਚ ਉਹ ਕਦਮ ਰੱਖਣਾ ਚਾਹੀਦਾ। ਲੰਤਰੀਤ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਆਪਣੇ ਪਿਤਾ ਦੇ ਸੰਸਕਾਰ ਦੇ ਵੇਲੇ ਉਹ ਆਏ ਸਨ ਉਹਨਾਂ ਨੂੰ ਕੁਝ ਦੇਰ ਦਾ ਜਿਹੜਾ ਸਮਾਂ ਉਹ ਦਿੱਤਾ ਗਿਆ ਸੀ ਉਸ ਸਮੇਂ ਉਹਨਾਂ ਦਾ ਬਿਆਨ ਆਇਆ ਸੀ ਉਹ ਕਹਿੰਦੇ ਵੀ ਇਹ ਜਿਹੜਾ ਕੇਸ ਮੇਰੇ ਉੱਤੇ ਬਣਾਇਆ ਗਿਆ ਖਾਸ ਤੌਰ ਤੇ ਡਰੱਗ ਦਾ ਜਿਹੜਾ ਕੇਸ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੈ ਪੂਰੀ ਤਰ੍ਹਾਂ ਤੇ ਉਹਨਾਂ ਨੇ ਕਿਹਾ ਕਿ ਮੇਰੀ ਇਸ ਦੇ ਵਿੱਚ ਸ਼ਮੂਲੀਅਤ ਨਹੀਂ ਹੈ ਤੇ ਜੇਕਰ ਮੇਰੀ ਇਸ ਦੇ ਵਿੱਚ ਸ਼ਮੂਲੀਅਤ ਸਾਬਤ ਹੁੰਦੀ ਹੈ ਤਾਂ ਮੈਨੂੰ ਫਾਂਸੀ ਦੇ ਦਿੱਤੀ ਜਾਵੇ। ਹਰਸਿਮਨ ਜੀ ਇਹ ਉਹਨਾਂ ਦਾ ਪੱਕ ਹੋਏਗਾ। ਉਹ ਉਹ ਵੀ ਆਪਣਾ ਪੱਖ ਉਹਨਾਂ ਨੇ ਜ਼ਰੂਰ ਰੱਖਿਆ ਅਦਾਲਤ ਸਾਹਮਣੇ ਵੀ ਉਹਨਾਂ ਨੇ ਪੱਖ ਰੱਖਿਆ ਹੋਵੇਗਾ ਕਿਉਂਕਿ ਉਹਨਾਂ ਦੇ ਪੱਖ ਤੋਂ ਵੀ ਵਕੀਲ ਪੇਸ਼ ਹੋਏ ਸੀਗੇ ਉਸ ਤੋਂ ਬਾਅਦ ਅਦਾਲਤ ਨੇ ਤੱਥਾਂ ਦੇ ਉੱਤੇ ਜਿਹੜੀ ਉਹ ਗੱਲ ਕਰਨੀ ਹੈ ਸਬੂਤਾਂ ਦੇ ਉੱਤੇ ਗੱਲ ਕਰਨੀ ਹੈ ਕਿਉਂਕਿ ਜਿਹੜੇ ਤੱਥ ਸਬੂਤ ਇਹਨਾਂ ਦੇ ਹੱਕ 'ਚ ਨਹੀਂ ਭੁਗਤੇ ਇਹਨਾਂ ਦੇ ਖਿਲਾਫ ਭੁਗਤੇ ਨੇ ਇਸ ਕਰਕੇ ਇਹਨਾਂ ਨੂੰ ਸਜ਼ਾ ਹੋਈ ਹੈ ਸੋ ਕੁੱਲ ਮਿਲਾ ਕੇ ਇਹ ਹੈ ਕਿਉਂਕਿ ਜਦੋਂ ਤੱਕ ਤੁਹਾਨੂੰ ਕੋਈ ਵੀ ਅਦਾਲਤ ਦੋਸ਼ੀ ਕਰਾਰ ਨਹੀਂ ਦਿੰਦੀ ਉਦੋਂ ਤੱਕ ਤੁਹਾਨੂੰ ਕੋਈ ਵੀ ਦੋਸ਼ੀ ਜਿਹੜਾ ਉਹ ਨਹੀਂ ਕਹਿ ਸਕਦਾ ਨਾ ਕੋਈ ਸਮਾਜ ਨਾ ਕੋਈ ਅਦਾਲਤ ਨਾ ਕੋਈ ਕਾਨੂੰਨ ਠੀਕ ਹੈ ਹੁਣ ਉਸ ਕਿਉਂਕਿ ਹੁਣ ਦੋਸ਼ੀ ਉਹਨਾਂ ਨੂੰ ਕਰਾਰ ਦੇ ਦਿੱਤਾ ਗਿਆ ਹੁਣ ਸਜ਼ਾ ਕਿੰਨੀ ਖੁੰਦੀ ਹੈ ਇਹ ਆਉਣ ਨਾਲ ਦੇਣਾ ਚ ਪਤਾ ਲੱਗੇਗਾ ਪਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਜਗਦੀਸ਼ ਭੋਲਾ ਬਹੁਤ ਵੱਡਾ ਨਾਮ ਸੀਗਾ ਨਾਮ ਤੋਂ ਪਾਣੋ ਸਾਰਿਆਂ ਨੂੰ ਸਭ ਕੁਝ ਸਿੱਖਣ ਦੀ ਜ਼ਰੂਰਤ ਹੈ ਜੀ ਨੰਤਪ੍ਰੀਤ ਅੱਗੇ ਵਧਦੇ ਆਂ ਵਿਕਰਮ ਜੀਠੀਆ ਹੋਰਾਂ ਦੀ ਅੱਜ ਐਸਆਈਟੀ ਦੇ ਸਾਹਮਣੇ ਪੇਸ਼ੀ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਪਿਛਲੇ ਤਿੰਨ ਵਾਰ ਤੋਂ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ ਪਰ ਉਹ ਪੇਸ਼ ਨਹੀਂ ਹੋ ਰਹੇ ਲਗਾਤਾਰ ਇੱਕ ਚਿੱਠੀ ਦੇ ਜ਼ਰੀਏ ਐਸਆਈਟੀ ਦੇ ਸਾਹਮਣੇ ਆਪਣਾ ਜਵਾਬ ਉਹ ਦਾਖਲ ਕਰ ਦਿੰਦੇ ਨੇ ਉਹਨਾਂ ਦੀ ਟੀਮ ਦਾਖਲ ਕਰ ਦਿੰਦੀ ਹੈ ਅੱਜ ਵੀ ਕੁਝ ਇਸੇ ਤਰ੍ਹਾਂ ਹੋਇਆ 3 ਜੁਲਾਈ ਕਿਉਂਕਿ ਅੱਜ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ ਅੱਜ ਵੀ ਉਹ ਪੇਸ਼ ਨਹੀਂ ਹੋਏ ਇੱਕ ਚਿੱਠੀ ਉਹਨਾਂ ਨੇ ਲਿਖੀ ਹੈ ਤੇ ਚਿੱਠੀ ਜਿਹੜਾ ਕੇਸ ਮਾਨਹਾਨੀ ਮਾਮਲੇ ਦਾ ਚੱਲਦਾ ਅੰਮ੍ਰਿਤਸਰ ਕੋਰਟ ਦੇ ਵਿੱਚ ਜਿਸ ਦੇ ਵਿੱਚ ਸੰਜੇ ਸਿੰਘ ਹੋਰਾਂ ਨੂੰ ਵੀ ਜਿਹੜਾ ਇਨਵੋਲਵ ਨੇ ਉਸ ਕੇਸ ਦੇ ਵਿੱਚ ਉਹ ਕਹਿੰਦੇ ਕਿ ਅੱਜ ਤਲਬ ਕੀਤਾ ਗਿਆ ਸੀ ਸਾਨੂੰ ਕੋਰਟ ਦੇ ਵਿੱਚ ਵੀ ਪੇਸ਼ ਹੋਣ ਦੇ ਲਈ ਆ ਗਿਆ ਸੀ ਤੇ ਇਧਰੋਂ ਮੈਨੂੰ ਐਸਆਈਟੀ ਨੇ ਵੀ ਸਮਝ ਜਾਰੀ ਕਰ ਦਿੱਤਾ ਤੇ ਜਿਹੜੇ ਦੋਵੇਂ ਇਹ ਜਿਹੜੇ ਫੈਕਟ ਨੇ ਉਹਨਾਂ ਨੇ ਐਸਆਈਟੀ ਦੇ ਸਾਹਮਣੇ ਰੱਖੇ ਨੇ ਆਪਣੀ ਇਸ ਚਿੱਠੀ ਦੇ ਵਿੱਚ ਜੀ ਅਸਮ ਜੀ ਜਿੱਦਾਂ ਕਿਸੇ ਰੁੱਖ ਦੀਆਂ ਟਾਣੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਵੀ ਜਗਤੀਸ਼ ਭੋਲੇ ਵਾਲੇ ਮਾਮਲੇ ਦੀ ਟਾਣੀ ਦਾ ਅਗਲਾ ਹਿੱਸਾ ਜਿਹੜਾ ਹੈਗਾ ਕਿ ਜਿਸ ਤਰ੍ਹਾਂ ਬੜਾ ਸ਼ੁਰੂ ਵਿੱਚ ਕਹੇ ਸੀ ਕਿ ਜਗਦੀਸ਼ ਭੋਲੇ ਦੇ ਉੱਤੇ ਇੱਕ ਫਿਲਮ ਬਣੀ ਸੀ ਜਿੱਤੋਂ ਮੇਰੀ ਉਹਨਾਂ ਦੇ ਪ੍ਰਤੀ ਇੱਕ ਪੋਜ਼ਿਟਿਵ ਉਮੀਦ ਆਸ ਜਗੀ ਸੀ ਵੀ ਯਾਰ ਇਹ ਬੰਦਾ ਬਹੁਤ ਵਧੀਆ ਹੈ ਇਹਦੇ ਤੇ ਫਿਲਮ ਬਣੀ ਹੈ ਮੈਨੂੰ ਲੱਗਦਾ ਇੱਕ ਫਿਲਮ ਹੁਣ ਹੋਰ ਵੀ ਬਣਨੀ ਚਾਹੀਦੀ ਹੈ ਉਹਨਾਂ ਦੀ ਇਸ ਜ਼ਿੰਦਗੀ ਦੇ ਉੱਤੇ ਵੀ ਕਿ ਕਿਦਾਂ ਉਹਨਾਂ ਨੇ ਸੰਘਰਸ਼ ਕੀਤਾ ਕਿਦਾਂ ਉਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰ ਦਾ ਆਪਣੇ ਦੇਸ਼ ਦਾ ਪੰਜਾਬ ਦਾ ਨਾਮ ਕਿਦਾਂ ਡੋਪਿਆ ਇਸ ਦੇ ਉੱਤੇ ਇੱਕ ਫਿਲਮ ਬਣਨੀ ਚਾਹੀਦੀ ਹੈ ਤੇ ਇਹਦੇ ਤੋਂ ਸਬਕ ਸਿੱਖਣ ਦੀ ਬਹੁਤ ਸਾਰੇ ਨੌਜਵਾਨਾਂ ਨੂੰ ਜ਼ਰੂਰਤ ਹੈ ਹੁਣ ਵਿਕਰਮ ਸਿੰਘ ਮਜੀਠੀਆ ਦਾ ਤੁਸੀਂ ਜ਼ਿਕਰ ਕੀਤਾ ਮਜੀਠੀਆ ਸਾਹਿਬ ਦਾ ਉਸ ਵੇਲੇ ਜ਼ਿਕਰ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਕੀਤਾ ਸੀਗਾ ਉਹਨਾਂ ਇਹਨਾਂ ਨੇ ਜਦੋਂ ਇੱਕ ਪੇਸ਼ੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੁੰਦੇ ਹਾਂ ਇਹਨਾਂ ਨੇ ਕਿਹਾ ਕਿ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੇ ਵਿਕਰਮ ਸਿੰਘ ਮਜੀਠੀਆ ਉਹ ਜ਼ਿੰਮੇਵਾਰ ਨੇ ਉਹਨਾਂ ਨੂੰ ਉਹਨਾਂ ਉੱਤੇ ਇਹਨਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਉਹ ਲਗਾਤੇ ਸੀਗੇ ਉਸ ਵੇਲੇ ਉਸ ਵੇਲੇ ਸਰਕਾਰ ਦੇ ਵਿੱਚ ਸੀਗੇ ਉਹ ਮੰਤਰੀ ਸੀਗੇ ਹਾਲਾਂਕਿ ਜੇ ਉਹ ਚਾਹੁੰਦੇ ਤਾਂ ਉਸ ਆਪਣੀ ਸਰਕਾਰ ਦੇ ਵਿੱਚ ਕਲੀਨ ਚਿੱਟ ਲੈ ਸਕਦੇ ਸੀਗੇ ਪਰ ਇਹ ਮਾਮਲਾ ਉਸ ਵੇਲੇ ਚੱਲਦਾ ਰਿਹਾ ਇਸ ਮਾਮਲੇ ਦੇ ਵਿੱਚ ED ਇਨਵੋਲਵ ਹੋਈ ED ਨੇ ਵੀ ਇਸ ਦੇ ਵਿੱਚ ਪੁੱਛਗਿੱਛ ਕੀਤੀ ਵਿਕਰਮ ਸਿੰਘ ਮਜੀਠੀਆ ਤੋਂ ਤੇ ਉੱਥੋਂ ਇਹ ਕੇਸ ਚੱਲਦਾ ਚੱਲਦਾ ਮਤਲਬ ਜਦੋਂ ਉਸ ਤੋਂ ਬਾਅਦ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਆ ਜਾਂਦੀ ਹੈ ਕਾਂਗਰਸੀ ਰੌਲਾ ਪਾਪਾ ਹੰਬ ਜਾਂਦੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਅੰਦਰ ਦਿਓ ਜੀ ਇਹ ਨਸ਼ਾ ਵੇਚਦੇ ਨੇ ਜੀ ਇਹ ਨਸ਼ਾ ਤਸਕਰੀ ਕਰਦੇ ਨੇ ਵਿਕਰਮ ਸਿੰਘ ਮਜੀਠੀਆ ਨੇ ਵੀ ਇਸੇ ਮਾਮਲੇ ਦੇ ਵਿੱਚ ਕਿਹਾ ਸੀਗਾ ਕਿਉਂਕਿ 2017 ਦੇ ਉੱਤੇ ਵਿੱਚ ਉਹਨਾਂ ਤੇ ਇਲਜ਼ਾਮ ਲੱਗੇ ਸੀ ਥਾ ਥਾ ਤੇ ਆਮ ਆਦਮੀ ਪਾਰਟੀ ਨੇ ਬੋਰਡ ਲਗਾਏ ਸੀਗੇ ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਉਹਨਾਂ ਉੱਤੇ ਮਾਨ ਹਾਨੀ ਦਾ ਜਿਹੜਾ ਉਹ ਮੁਕੱਦਮਾ ਦਰਜ ਕੀਤਾ ਸੀਗਾ ਅਰਵਿੰਦ ਕੇਜਰੀਵਾਲ ਤਾਂ ਮਾਫੀ ਮੰਗ ਕੇ ਛੁੱਟ ਗਏ ਪਰ ਸੰਜੇ ਸਿੰਘ ਦਾ ਮਾਮਲਾ ਅਜੇ ਤੱਕ ਚੱਲਦਾ ਹੁਣ ਉਹਨਾਂ ਦਾ ਕਹਿਣਾ ਸੀ ਕਿ ਉਹ ਹੀ ਮਾਮਲਾ ਮਾਨਹਾਨੀ ਵਾਲਾ ਇਹ ਕਿਉਂਕਿ ਕਿਸ ਤਰ੍ਹਾਂ ਨਾਲ ਨਾਲ ਜੁੜ ਜਾਂਦੇ ਨੇ ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਨਸ਼ੇ ਦਾ ਸਦਾਗਰ ਕਿਹਾ ਸੀਗਾ ਉਹਨਾਂ ਕੋਲ ਕੋਈ ਆਧਾਰ ਨਹੀਂ ਕੋਈ ਇਫੈਕਟ ਨਹੀਂ ਮੈਨੂੰ ਅਦਾਲਤ ਨੇ ਜਿਹੜਾ ਹੁਣ ਨਿੱਜੀ ਤੌਰ ਤੇ ਪੇਸ਼ ਹੋਣ ਲਈ ਕਿਹਾ ਸੀਗਾ ਤੇ ਮੈਂ ਉੱਥੇ ਨਿੱਜੀ ਤੌਰ ਤੇ ਪੇਸ਼ ਹੋਣਾ ਸੀ ਤੇ ਮੈਂ ਤੁਹਾਡੇ ਕੋਲ ਕਿਵੇਂ ਐਸਆਈਟੀ ਕੋਲ ਪੇਸ਼ ਹੋ ਜਾਂਦਾ ਤਾਂ ਉਹਨਾਂ ਨੇ ਮੌਲਤ ਜਿਹੜੀ ਉਹ ਮੰਗੀ ਸੀ ਤੁਸੀਂ ਇੱਕ ਗੱਲ ਦੇਖੋ ਹਰਸ਼ਵਰਜ ਪਿਛਲੇ 1 ਮਹੀਨੇ ਤੋਂ ਐਸਆਈਟੀ ਉਹਨਾਂ ਨੂੰ ਸੱਦਦੀ ਹੈ ਉਹਨਾਂ ਦੀ ਸੇਮ ਤਰੀਕ ਡੇਟ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਐਸਆਈਟੀ ਨੂੰ ਵੀ ਕਿਤੇ ਨਾ ਕਿਤੇ ਐਨੇ ਕਿ ਤਾਂ ਇਹਨਾਂ ਦੇ ਵੀ ਸੋਰਸਸ ਹੈਗੇ ਹੀ ਨੇ ਨਾ ਕੋਈ ਜਾਣਕਾਰੀ ਉੱਥੋਂ ਵੀ ਪ੍ਰਾਪਤ ਕਰ ਲੈਣ ਵੀ ਵਿਕਰਮ ਸਿੰਘ ਮਜੀਠੀ ਦੇ ਤਰੀਕ ਕਿਹੜੀ ਪਈ ਹੋਈ ਹੈ ਜਾਂ ਫਿਰ ਉਹਨਾਂ ਨੂੰ ਥੋੜੇ ਜਿਹਾ ਜਿਹੜੀ ਉਹ ਖੁੱਲ੍ਹ ਦੇ ਦੇਣੀ ਚਾਹੀਦੀ ਹੈ ਵੀ ਭਾਈ ਵਿਕਰਮਜੀਤ ਅਸੀਂ ਤੁਹਾਨੂੰ ਇੰਨੀ ਤੋਂ ਐਨੇ ਤਰੀਕ ਦੇ ਵੀ ਸੱਦਣਾ ਚਾਹੁੰਦੇ ਹਾਂ ਵੀ ਤੁਸੀਂ ਦੱਸ ਦਿਓ ਤੁਸੀਂ ਕਿਹੜੀ ਤਰੀਕ ਨੂੰ ਅਵੇਲੇਬਲ ਹੋਵੋਗੇ ਵੀ ਸਾਨੂੰ ਤਿੰਨ ਤਰੀਕ ਸੂਟ ਕਰਦੀ ਹੈ ਜੇ ਤੁਸੀਂ ਇੱਕ ਦੋ ਤਰੀਕ ਅੱਗੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੱਸੋ ਵੀ ਕਿੰਨੇ ਤਰੀਕ ਨੂੰ ਸੱਦਣਾ ਚਾਹੁੰਦੇ ਨਹੀਂ ਨਾਤਰੀ ਤਾਂ ਪਿੱਛੇ ਜੀ ਉਹਨਾਂ ਨੇ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ 30 ਜੁਲਾਈ ਤੋਂ ਬਾਅਦ ਮੈਨੂੰ ਕਦੇ ਵੀ ਸੱਦ ਲਿਆ ਜਾਵੇ ਬਿਲਕੁਲ ਹਰਸਿੰਦਰ ਜੀ ਕਿਉਂਕਿ ਵਿਕਰਮ ਸਿੰਘ ਜੀਠਿਆ ਕਹਿ ਰਹੇ ਨੇ ਕਿ ਮੈਂ ਕਦੇ ਭੱਜਿਆ ਨਹੀਂ ਹੈਗਾ ਜੀ ਤੁਸੀਂ ਮੈਨੂੰ ਜਦੋਂ ਮਰਜੀ ਸੱਦ ਜਿਹੜੀ ਹੈ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੇ ਵਿਕਰਮ ਸਿੰਘ ਮਜੀਠੀਆ ਦਾ ਰੱਤੀ ਭਰ ਵੀ ਕਸੂਰ ਹੈ ਤਾਂ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਉਨਾ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਉਹਨਾਂ ਦਾ ਕਸੂਰ ਨਹੀਂ ਤਾਂ ਉਹਨਾਂ ਨੂੰ ਬαιਜ਼ਤ ਬਰੀ ਕਰਨਾ ਚਾਹੀਦਾ ਤੇ ਸਮਾਜ ਦੇ ਵਿੱਚ ਕਿਉਂਕਿ ਉਹਨਾਂ ਦਾ ਵੀ ਪਰਿਵਾਰ ਹੈ ਸਿਆਸੀ ਜ਼ਿੰਦਗੀ ਹੈ ਉਹ ਵੀ ਆਪਣੀ ਇੱਕ ਸਿਆਸੀ ਜ਼ਿੰਦਗੀ ਤੇ ਆਪਣਾ ਪਰਿਵਾਰ ਉਹ ਬਿਹਤਰ ਤਰੀਕੇ ਨਾਲ ਚਲਾ ਸਕਣ ਕਿਉਂਕਿ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਪਤਾ ਨਹੀਂ ਕਦੋਂ ਐਸਆਈਟੀ ਨੇ ਸੱਦ ਲੈਣਾ ਤੁਸੀਂ ਆਪਣੇ ਕੋਈ ਨਿੱਜੀ ਕੰਮ ਕਰਨੇ ਹੁੰਦੇ ਨੇ ਪਰਿਵਾਰਕ ਫੰਕਸ਼ਨਸ ਤੇ ਵਿੱਚ ਜਾਣਾ ਹੁੰਦਾ ਤੁਹਾਡੇ ਉੱਤੇ ਹਰ ਸਮੇਂ ਤਲਵਾਰ ਜਿਹੜੀ ਉਹ ਲਟਕਰੀ ਰਹਿੰਦੀ ਹੈ ਤਾਂ ਇਹ ਸਾਰੇ ਮਾਮਲੇ ਦੇ ਵਿੱਚ ਕਿਉਂਕਿ ਵਿਕਰਮ ਵਿਕਰਮ ਸਿੰਘ ਮਜੀਠੀਆ ਗੱਲ ਕਹਿੰਦੇ ਨੇ ਕਿ ਸਿਆਸੀ ਬਿਆਨਕ ਬਿਆਨਬਾਜ਼ੀ ਗਿਆ ਬਦਲਾਖੋਰੀ ਹੈ ਇਹ ਪੂਰੇ ਮਾਮਲੇ ਦੇ ਵਿੱਚ ਮੈਨੂੰ ਫਸਾਇਆ ਗਿਆ ਸੋ ਉਹਨਾਂ ਨੂੰ ਜੇ ਇਸ ਤਰ੍ਹਾਂ ਲੱਗਦਾ ਤਾਂ ਐਸਆਈਟੀ ਨੂੰ ਵੀ ਛੇਤੀ ਤੋਂ ਛੇਤੀ ਭਾਵੇਂ ਉਹ 2 ਮਹੀਨੇ 3 ਮਹੀਨੇ ਦੇ ਵਿੱਚ ਵਿੱਚ ਆਪਣੀ ਜਿਹੜੀ ਉਹ ਜਾਂਚ ਮੁਕੰਮਲ ਕਰਕੇ ਚਾਰਸ਼ੀਟ ਦਾਖਲ ਕਰ ਦੇਣ ਜੇ ਉਹਨਾਂ ਦੇ ਖਿਲਾਫ ਕੋਈ ਸਬੂਤ ਉਹਨਾਂ ਕੋਲ ਹੀ ਪੇਸ਼ ਹੈਗਾ ਤੇ ਕੋ ਹੈਗਾ ਤਾਂ ਉਹਨੂੰ ਅਦਾਲਤ ਸਾਹਮਣੇ ਰੱਖ ਦੇਣਾ ਚਾਹੀਦਾ ਜੇ ਨਹੀਂ ਹੈ ਤਾਂ ਉਹਨਾਂ ਨੂੰ ਬਰੀ ਕਰ ਦੇਣਾ ਚਾਹੀਦਾ ਜੀ ਨੰਦਪ੍ਰੀਤ ਜਾਂਦੇ ਜਾਂਦੇ ਇੱਕ ਹੋਰ ਖਬਰ ਸਾਹਮਣੇ ਆਈ ਹੈ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ ਨਾਮ ਦੀ ਇੱਕ ਸੰਸਥਾ ਹੈ ਜਿਸ ਨੂੰ ਏਡੀਆਰ ਵੀ ਕਹਿੰਦੇ ਆਪਾਂ ਏਡੀਆਰ ਨੇ ਇਹ ਗੱਲ ਕਹੀ ਹੈ ਇੱਕ ਰਿਪੋਰਟ ਦੇ ਵਿੱਚ ਕਿ ਜਿਹੜੀ ਵੋਟਾਂ ਪਈਆਂ ਤੇ ਜਿਹੜੀਆਂ ਵੋਟਾਂ ਦੀ ਗਿਣਤੀ ਹੋਈ ਹੈ ਜਨਾਂ ਦੇ ਨਤੀਜੇ ਆਏ ਉਹਨਾਂ ਦੋਨਾਂ ਦੇ ਅੰਕੜਿਆਂ ਦੇ ਵਿੱਚ ਬਹੁਤ ਫਰਕ ਹੈ ਹਾਲਾਂਕਿ ਚੋਣ ਕਮਿਸ਼ਨ ਦਾ ਹਜੇ ਤੱਕ ਇਸ ਮਾਮਲੇ ਦੇ ਵਿੱਚ ਬਿਆਨ ਨਹੀਂ ਸਾਹਮਣੇ ਆਇਆ ਬਿਲਕੁਲ ਅਰਸ਼ਮ ਸਿੰਘ ਜੀ ਕੀ ਇਹ ਇੱਕ ਐਨਜੀਓ ਹੈ ਇਸ ਨੇ ਪਹਿਲਾਂ ਵੀ ਕਾਫੀ ਜ਼ਿਆਦਾ ਐਫਰਟਸ ਕੀਤੇ ਸੀਗੇ ਭਾਰਤ ਦੀ ਚੋਣ ਪ੍ਰਣਾਲੀ ਨੂੰ ਬਿਹਤਰ ਕਰਨ ਵਾਸਤੇ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਈਵੀਐਮ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਉੱਤੇ ਵੀ ਇਹਨਾਂ ਨੇ ਬਹੁਤ ਵਾਰੀ ਸਵਾਲ ਚੁੱਕੇ ਸੀਗੇ ਤੇ ਵੀਵੀ ਪੈਟ ਮਸ਼ੀਨਾਂ ਉਹਦੇ ਉੱਤੇ ਵੀ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਉਹਨਾਂ ਦੀ VOTING ਹੈ ਜਾਂ ਜਿਹੜੀ ਉਹ ਪਰਚੀ ਹੈ ਉਹਨਾਂ ਦੀ ਵੀ ਗਿਣਤੀ ਹੋਣੀ ਚਾਹੀਦੀ ਹੈ ਤਾਂ ਲਗਾਤਾਰ ਇਹ ਇਸ ਮਾਮਲੇ ਦੇ ਵਿੱਚ ਕੰਮ ਕਰ ਰਹੇ ਨੇ ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਿ ਜਿਹੜੀਆਂ ਵੋਟਾਂ ਨੇ ਉਹ ਉਨ੍ਹਾਂ ਦਾ ਜਿਹੜੀ ਗਿਣਤੀ ਹੈ ਤੇ ਨਾਲ ਦੀ ਨਾਲ ਜਿਹੜੀ EVM ਦੇ ਵਿੱਚ ਆਈਆਂ ਹੋਈਆਂ ਵੋਟਾਂ ਨੇ ਉਹਨਾਂ ਦੀ ਗਿਣਤੀ ਉਹਨਾਂ ਦੇ ਵਿੱਚ ਕਹਿੰਦੇ ਫਰਕ ਹੈ ਇਹ ਜਾਂਚ ਜਿਹੜੀ ਹੋਣੀ ਚਾਹੀਦੀ ਹੈ ਜੇ ਇਸੇ ਤਰ੍ਹਾਂ ਇਹ ਸਚਾਈ ਹੈ ਤਾਂ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਬਿਲਕੁਲ ਅਨੁਸਰੀ ਦੇਖਣਾ ਹੋਏਗਾ ਚੋਣ ਕਮਿਸ਼ਨ ਇਸ ਤੇ ਕੀ ਪੱਖ ਰੱਖਦਾ ਬਹੁਤ ਸ਼ੁਕਰੀਆ ਸਮਸਮਾਪਤੀ ਦੇ ਲਈ ਸ਼ੁਕਰੀਆ ਜੀ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਐਨਆਈ ਇਸ ਪ੍ਰੋਗਰਾਮ ਸਬੰਧੀ ਆਪਣੇ ਸੁਝਾਅ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਫਿਲਹਾਲ ਮੈਨੂੰ ਹਰਸਿਮਰਨ ਕੌਰ ਨੂੰ ਦੇਵ ਜਾਸਨ ਦੇਖਦੇ ਰਹੋ ਪ੍ਰਾਈਮੇਰੀ ਸ਼